ਤੇ ਬੀਤੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਾਭਾ ਵਿਖੇ ਵਰਕਰਾਂ ਨਾਲ ਮਿਲਣੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਵਿੱਚ ਭਾਜਪਾ ਦੇ ਕਿਸੇ ਵੀ ਵਰਕਰ ਤੇ ਆਗੂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ, ਜਿਸ ਕਾਰਨ ਭਾਜਪਾ ਆਗੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ, ਜਿਸ ਦੇ ਤਹਿਤ ਜ਼ਿਲ੍ਹਾ ਪਟਿਆਲਾ ਦੇ ਲੋਕ ਸਭਾ ਇੰਚਾਰਜ DP ਚੰਦਨ ਨਾਭਾ ਪਹੁੰਚੇ, ਜਿੱਥੇ ਉਹਨਾਂ ਭਾਜਪਾ ਆਗੂਆਂ ਨੂੰ ਅਕਾਲੀ ਦਲ ਵੱਲੋਂ ਪ੍ਰੋਗਰਾਮ ਵਿੱਚ ਸੱਦਾ ਨਾ ਦਿੱਤੇ ਜਾਣ ਤੇ ਰੋਸ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਇਹ ਮਾਮਲਾ ਅਸੀਂ ਤਾਲਮੇਲ ਕਮੇਟੀ ਕੋਲ ਲੈ ਕੇ ਜਾਵਾਂਗੇ ਅਤੇ ਅਕਾਲੀ ਦਲ ਨੂੰ ਵੀ ਕਹਾਂਗੇ ਕਿ ਉਹ ਗੱਠਜੋੜ ਦੀ ਪਾਲਣਾ ਕਰੇ। ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹਾ ਦੇ ਜ਼ੋਨਲ ਇੰਚਾਰਜ ਯੋਗੇਸ਼ ਖੱਤਰੀ ਨੇ ਅਕਾਲੀ ਦਲ ਖਿਲਾਫ਼ ਭੜਾਸ ਕਰਦੇ ਹੋਏ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਅਕਾਲੀ ਦਲ ਦੇ ਪ੍ਰੋਗਰਾਮ ਵਿੱਚ ਭਾਜਪਾ ਨੂੰ ਸੱਦਾ ਨਾ ਭੇਜਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਅਜਿਹੇ ਸਾਹਮਣੇ ਆ ਚੁੱਕੇ ਨੇ ਤੇ ਜਦੋਂ ਬੀਤੇ ਦਿਨੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਪੁੱਛਿਆ ਗਿਆ ਕਿ ਇਸ ਪ੍ਰੋਗਰਾਮ ਵਿੱਚ BJP ਨੂੰ ਸੱਦਾ ਨਹੀਂ ਦਿੱਤਾ ਗਿਆ ਤਾਂ ਉਹਨਾਂ ਇਹ ਕਹਿ ਕੇ ਦਰ ਨਿਕਾਰਾ ਕਰ ਲਿਆ ਕਿ ਇਹ ਕਾਨਫਰੰਸ ਅਕਾਲੀ ਦਫ਼ਤਰ ਵਿੱਚ ਹੋ ਰਹੀ ਹੈ। ਅੱਜ ਦੀ ਮੀਟਿੰਗ ਮੇਰੇ ਇੱਥੇ ਆਉਣਾ ਸਾਡੇ ਜਿਹੜੇ ਆਉਣ ਵਾਲੇ 2019 ਦੇ ਚੋਣਾਂ ਨੇ ਉਸ ਨਾਤੇ ਲੋਕ ਸਭਾ ਦੇ ਇਸ ਹਲਕੇ ਦਾ ਇੰਚਾਰਜ ਹੋਣ ਦੇ ਨਾਤੇ ਮੈਂ ਜਿੱਥੇ ਆਇਆ ਔਰ ਇਹ ਮੇਰੀ ਪਹਿਲੀ ਵਿਜ਼ਿਟ ਹੈ ਇਸ ਜ਼ਿਲ੍ਹਾ ਪਟਿਆਲਾ ਸਾਊਥ ਦੇ। ਮੈਂ ਸਮਝਦਾ ਕਿ ਜਿਹੜੇ ਸਾਡੇ ਰਾਸ਼ਟਰੀ ਅਧਿਆਪਕ ਅਮਿਤ ਸ਼ਾਹ ਜੀ ਨੇ ਆਹਵਾਨ ਕੀਤਾ ਰਾਸ਼ਟਰੀ ਅਧਿਵੇਸ਼ਨ ਜਿਹੜੇ ਦਿੱਲੀ 'ਚ ਹੋਇਆ ਕਿ ਇੱਕ ਵਾਰ ਫਿਰ ਸੇ ਮੋਦੀ ਸਰਕਾਰ ਉਹਦੀ ਪੂਰਤੀ ਵਾਸਤੇ ਅਸੀਂ ਸਾਰੇ ਉਸ ਕੰਮ 'ਚ ਲੱਗੇ ਹਾਂ ਔਰ ਮੈਂ ਸਮਝਦਾ ਕਿ ਕਾਰਜਕਰਤਾ ਨੂੰ ਕਾਰਜਸ਼ੀਲ ਕਰਕੇ ਇਸ ਕੰਮ 'ਚ ਲਾਉਣਾ ਜਿਹੜਾ ਉਹ ਸਾਡਾ ਮਕਸਦ ਹੈ ਔਰ ਉਸੇ ਦ੍ਰਿਸ਼ਟੀ ਨਾਲ ਮੈਂ ਇਸ ਜ਼ਿਲ੍ਹੇ ਦਾ ਟੂਰ ਕਰ ਰਿਹਾ। ਦੇਖੋ ਕੋਆਰਡੀਨੇਸ਼ਨ ਕਮੇਟੀ ਨੇ 2 ਦਿਨ ਪਹਿਲਾਂ ਫੈਸਲਾ ਕੀਤਾ, ਉਹਦੇ ਉੱਤੇ ਫਿਰ ਦੁਬਾਰਾ ਕੁਸ਼ਚਨ ਮਾਰਕ ਖੜਾ ਨਹੀਂ ਕਰ ਸਕਦੇ ਅਸੀਂ ਪਾਰਟੀ ਦੇ ਅਨੁਸ਼ਾਸਿਤ ਕਾਰਜਕਰਤਾ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਉਰੇ ਸ਼੍ਰੋਮਣੀ ਅਕਾਲੀ ਦਲ ਦਾ ਫੰਕਸ਼ਨ ਹੁੰਦਾ BJP ਨੂੰ ਦਰਕਨਾਰ ਕੀਤਾ ਜਾਂਦਾ ਹੈ। ਮੇਰੇ ਧਿਆਨ 'ਚ ਆਇਆ ਕੁਛ ਮਾਮਲਾ ਔਰ ਅਸੀਂ ਕੋਆਰਡੀਨੇਸ਼ਨ ਕਮੇਟੀ 'ਚੋਂ ਮਾਮਲਿਆਂ ਨੂੰ ਲੈ ਕੇ ਜਾ ਰਹੇ ਹਾਂ। ਐਸਾ ਨਹੀਂ ਹੈ, ਅਸੀਂ ਗਠਬੰਧਨ ਧਰਮ ਸ਼ੁਰੂ ਤੋਂ ਨਿਭਾਉਂਦੇ ਆਏ ਹਾਂ, ਹਮੇਸ਼ਾ ਨਿਭਾਉਂਦੇ ਰਹਾਂਗੇ ਔਰ ਉਹਨਾਂ ਨੂੰ ਵੀ ਇਸ ਗੱਲ 'ਤੇ ਕਾਇਲ ਕਰਾਂਗੇ ਕਿ ਗਠਬੰਧਨ ਧਰਮ ਨੂੰ ਪਾਲਣ ਕਰਨ। ਅੱਜ ਸੰਗਠਨ ਦੀ ਦ੍ਰਿਸ਼ਟੀ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸਾਡੇ ਪਟਿਆਲਾ MP ਹਲਕੇ ਦੇ ਇੰਚਾਰਜ ਲਗਾਏ ਗਏ ਨੇ ਸ਼੍ਰੀ DP ਚੰਦਨ ਜੀ, ਜੋ ਕਿ ਵਾਈਸ ਚੇਅਰਮੈਨ ਰਹੇ ਨੇ ਐਕਸਾਈਜ਼ ਐਂਡ ਟੈਕਸੇਸ਼ਨ ਪੰਜਾਬ ਦੇ, ਕੈਬਨਿਟ ਰੈਂਕ ਦਰਜਾ ਰਿਹਾ ਉਹਨਾਂ ਦਾ, ਉਹ ਇੱਥੇ ਵਿਸ਼ੇਸ਼ ਤੌਰ 'ਤੇ ਇਸ ਬੈਠਕ ਨੂੰ ਲੈਣ ਆ ਰਹੇ ਨੇ। 2019 ਦੀ ਇਲੈਕਸ਼ਨਸ ਨੂੰ ਲੈ ਕੇ ਪੂਰੇ ਸਾਡੇ ਜ਼ਿਲ੍ਹੇ ਦੇ ਵਿੱਚ ਪਟਿਆਲਾ ਸਾਊਥ ਦੇ ਵਿੱਚ ਇਹ ਬੈਠਕਾਂ ਰੱਖੀਆਂ ਗਈਆਂ ਨੇ। ਬਿਲਕੁਲ ਰੋਸ਼ ਹੈ, ਕਾਫੀ ਸਮੇਂ ਤੋਂ ਇਲੈਕਸ਼ਨਸ ਦੇ ਟਾਈਮਸ ਤੋਂ ਤੁਸੀਂ ਵੀ ਸਾਰੇ ਦੇਖਦੇ ਹੋ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਕਦੀ ਪਿੱਛੇ ਨਹੀਂ ਹਟਿਆ। ਅਕਾਲੀ ਦਲ ਪੰਜਾਬ ਦੇ ਵਿੱਚ ਸਾਡਾ ਵੱਡਾ ਭਰਾ ਹੈ ਔਰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵੀ ਸਾਡਾ ਵੱਡਾ ਭਰਾ ਰਹੇਗਾ, ਜੋ ਪਾਰਟੀ ਦਾ ਹੁਕਮ ਹੈ ਅਸੀਂ ਉਹਨਾਂ ਦੇ ਨਾਲ ਚੱਲਾਂਗੇ। ਪਰ ਲੋਕਲ ਲੈਵਲ 'ਤੇ ਜੋ ਇੱਥੇ ਦੇ ਹਲਕਾ ਇੰਚਾਰਜ ਆ, ਮੈਂ ਸਮਝਦਾ ਉਹਨਾਂ ਨੂੰ ਤਾਲਮੇਲ ਬਣਾਉਣਾ ਚਾਹੀਦਾ, ਇੱਕ ਉਹਨਾਂ 'ਚ ਬੜੀ ਇਹ ਕਮੀ ਹੈ। ਔਰ ਮੈਨੂੰ ਪਿਛਲੇ ਦਿਨੋਂ ਇਹ ਖਬਰ ਮਿਲੀ, ਸਾਡੇ ਕੁਝ ਕਾਰਜਕਰਤਾ ਕਿਸੇ ਸਮਾਗਮ ਦੇ ਲਈ, ਜੋ ਕਿ ਸਾਡੇ ਕਿਸੇ ਅੰਨੇ ਸੰਗਠਨ ਦਾ ਸਮਾਗਮ ਸੀ RSS ਦਾ, ਉਹਨਾਂ ਨੇ ਕਾਫੀ ਇੱਕ ਗੱਲ ਯੂਜ਼ ਕੀਤੀ ਕਿ ਤੁਹਾਡੇ ਕਾਰਜਕਰਤਾ ਸਾਡਾ ਸਾਥ ਨਹੀਂ ਦਿੰਦੇ। ਸੋ ਮੈਂ ਸਮਝਦਾ ਕਿ ਅਗਰ ਸਾਡੇ RSS ਦੇ ਕਾਰਜਕਰਤਾ ਔਰ BJP ਦੇ ਕਾਰਜਕਰਤਾ ਵੋਟ ਨਹੀਂ ਪਾਉਂਦਾ, ਫਿਰ ਤਾਂ ਅਕਾਲੀ ਦਲ ਨੂੰ ਕੋਈ ਵੋਟ ਨਹੀਂ ਪਾਉਂਦਾ। ਸੋ ਨਹੀਂ, ਉਹਨਾਂ ਦੀ ਆਪਦੀ ਸਮਝ ਹੈ ਜੀ, ਆਧਾਰ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਬੂਥ ਵਾਈਜ਼ ਜਿਹੜੀ ਵੋਟ ਪੈਂਦੀ ਹੈ, ਉਹ ਪਿਛਲੇ ਚਾਹੇ 15 ਸਾਲ ਦਾ ਤੁਸੀਂ ਡਾਟਾ ਚੱਕ ਲਓ, ਉਹ ਮੈਕਸੀਮਮ ਚਾਹੇ ਅਸੀਂ ਬੂਥ ਹਾਰਦੇ ਵੀ ਹਾਂ ਲੇਕਿਨ ਫਿਰ ਵੀ ਸਾਡੀ ਬੂਥ 'ਤੇ ਵੋਟ BJP ਦੀ ਜ਼ਿਆਦਾ ਪੈਂਦੀ ਹੈ, ਇਹ ਉਹ ਮਿਸਕੈਲਕੂਲੇਸ਼ਨ ਹੈ ਉਹਨਾਂ ਦੀਆਂ। ਸੋ ਉਹਨਾਂ ਦਾ ਆਪਣੇ ਮਨ 'ਚ ਇਹ ਵਹਿਮ ਕੱਢਣਾ ਚਾਹੀਦਾ ਔਰ ਜਨਤਾ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ। ਮੈਂ ਸਮਝਦਾ ਕਿ ਕੌਂਸਲਰਸ ਦਾ ਪੂਰਾ ਬੁਰਾ ਹਾਲ ਹੈ, ਹਲਕਾ ਇੰਚਾਰਜ
ਦਾ ਧਿਆਨ ਮੈਨੂੰ ਲੱਗਦਾ ਇਸ ਹਲਕੇ ਵੱਲ ਘੱਟ ਗਿਆ ਹੈ ਔਰ ਉਹਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ। ਤੁਹਾਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਅਲਾਇੰਸ ਹੈ, ਲੱਗਦਾ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ। ਆਹ ਪਾਰਟੀ ਅਕਾਲੀ ਇਹਨਾਂ ਦੇ ਅਕਾਲੀ ਦਲ ਦਾ ਆਫਿਸ ਹੈ, ਪ੍ਰੈਸ ਕਾਨਫਰੰਸ ਅਸੀਂ ਇੱਥੇ ਰੱਖੀ ਹੈ।